ਅੱਜ ਦਾ ਯੁੱਗ ਗਿਆਨ ਵਿਗਿਆਨ ਦਾ ਯੁੱਗ ਹੈ। ਡੰਡੀ ਗਿਆਨੀਆਂ ਅਤੇ ਵਿਗਿਆਨੀਆਂ ਨੇ ਅਜਿਹਾ ਮਾਹੌਲ ਪੈਦਾ ਕੀਤਾ ਹੈ ਜਿਸ ਵਿੱਚ ਸੰਭਵ ਅਤੇ ਅਸੰਭਵ ਦਾ ਫਰਕ ਅਲੋਪ ਹੁੰਦਾ ਨਜ਼ਰ ਆ ਰਿਹਾ ਹੈ। ਡੰਡੀ ਦੂਰ ਤੱਕ ਮਾਰ ਕਰਨ ਵਾਲੇ ਅਜਿਹੇ ਮਾਰੂ ਹਥਿਆਰ ਬਣ ਗਏ ਹਨ ਕਿ ਦੁਨੀਆ ਦਾ ਕੋਈ ਇਲਾਕਾ ਅਜਿਹਾ ਨਹੀਂ ਜਿੱਥੇ ਲੁੱਕ ਕੇ ਆਦਮੀ ਆਪਣੇ ਆਪ ਨੂੰ ਮਹਿਫੂਜ਼ ਸਮਝ ਸਕਦਾ ਹੋਵੇ। ਡੰਡੀ ਪਰਮਾਣੂ ਬੰਬ ਦੀ ਤਬਾਹੀ ਦਾ ਸਾਰ ਸਾਰੇ ਜਾਣਦੇ ਹਨ। ਡੰਡੀ ਭਵਿੱਖ ਵਿੱਚ ਇਸ ਦੀ ਵਰਤੋਂ ਦਾ ਡਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਡੰਡੀ ਕਿਸੇ ਸੁਰੱਖਿਆ ਛੱਤਰੀ ਤੋਂ ਕੋਈ ਆਸਰਾ ਮਿਲਣ ਦੇ ਆਸਾਰ ਵੀ ਨਿਗੁਣੇ ਹੀ ਹਨ। ਡੰਡੀ ਅਭਿਮਾਨੀ ਦਾ ਅਭਿਮਾਨ ਅਤੇ ਬੇਈਮਾਨ ਦੀ ਬੇਈਮਾਨੀ ਜਾਗ ਪੈਣ ਦਾ ਕੋਈ ਸਮਾਂ ਨਹੀਂ ਹੈ। ਡੰਡੀ ਵਾਕਫ ਦੀ ਵਾਕਫੀ ਦੋਸਤ ਦੀ ਦੋਸਤੀ ਅਤੇ ਮਸਤ ਦੀ ਮਸਤੀ ਸਭ ਛਿਣ ਭਰ ਵਿੱਚ ਤਬਾਹ ਹੋ ਸਕਦੀ ਹੈ। ਡੰਡੀ ਆਦਮੀ ਦੇ ਨਕਸ਼ ਅਤੇ ਦੁਨੀਆ ਦਾ ਨਕਸ਼ਾ ਸਮਝ ਤੋਂ ਬਾਹਰ ਹੋ ਜਾਵੇਗਾ। ਡੰਡੀ ਵਿਗਿਆਨ ਦੀ ਉੱਨਤੀ ਦੀ ਨੀਤੀ ਦੇ ਇਸ ਅਸ਼ੁਭ ਪੱਖ ਦਾ ਦੂਸਰਾ ਪਾਸਾ ਸ਼ੁਭ ਵੀ ਹੈ। ਡੰਡੀ ਮਨੁੱਖ ਲਈ ਸੁੱਖ ਦੇ ਅਨੇਕਾਂ ਸਾਧਨ ਮਿਲੇ ਹੋਏ ਹਨ। ਡੰਡੀ ਉਂਗਲੀ ਦੇ ਇਸ਼ਾਰੇ ਨਾਲ ਕੁੱਲਰ ਸ਼ੁਰੂ ਹੋ ਜਾਂਦਾ ਹੈ। ਡੰਡੀ ਮਨੁੱਖ ਪਲ ਭਰ ਵਿੱਚ ਦੁਨੀਆ ਦੇ ਦੂਸਰੇ ਕੋਨੇ ਵਿੱਚ ਬੈਠੇ ਆਦਮੀ ਨਾਲ ਗੱਲ ਕਰ ਸਕਦਾ ਹੈ। ਡੰਡੀ ਲੱਖਾਂ ਮੀਲ ਦੂਰ ਚੱਲ ਰਿਹਾ ਖੇਡ ਤਮਾਸ਼ਾ ਅੱਖੀ ਦੇਖ ਸਕਦਾ ਹੈ। ਡੰਡੀ ਖੇਤੀ ਉਪਜ ਵਿੱਚ ਉੱਜ ਕੇ ਵਾਧਾ ਹੋਇਆ ਹੈ। ਡੰਡੀ ਮਨੁੱਖ ਦੀ ਅਜ਼ਮਾਇਸ਼ ਹੈ ਕਿ ਉਹ ਕਦੋਂ ਤੱਕ ਬੰਬਾਂ ਦੇ ਢੇਰ ਉੱਪਰ ਆਪਣਾ ਬਿਸਤਰਾ ਲਗਾ ਕੇ ਜਿਉਂਦਾ ਹੈ। ਡੰਡੀ